ਘੰਟਾ ਗੰਦਾ ਪਾਣੀ ਦਾ ਸਾਫ ਚੱਲਦਾ ਮਿਕਸ ਹੋਇਆ ਪਿਆ ਜੀ। ਜਵਾਕ ਨਹਾਉਣ ਤੋਂ ਔਖੇ ਆ, ਪਾਣੀ ਪੀਣ ਤੋਂ ਔਖੇ ਆ, ਕੱਪੜੇ ਧੋਣ ਤੋਂ ਔਖੇ ਆ। ਗੁਰਦੁਆਰੇ 'ਚ ਪਾਣੀ ਲੈ ਕੇ ਜਵਾਕ ਅਜੇ ਪਰੇਸ਼ਾਨ ਬਹੁਤ ਆ। ਅਸੀਂ ਕਹਿ ਗਏ ਦੋ ਵਾਰੀ, ਉਹ ਟਰਾਲੀਆਂ ਨਹੀਂ ਕਰ ਦਿੰਦਾ ਪਾਣੀ ਵਾਲੀਆਂ, ਬਸ ਮੁੜ ਗਏ ਸਤਨਾਮ। ਟੈਂਕੀ ਨਾਲ ਚਾਰ ਬਾਲਟੀਆਂ ਇੱਕ ਇੱਕ ਘਰ ਭਰ ਲੈਂਦਾ। ਨਹਾਉਣ ਵਾਲੋਂ ਅਸੀਂ ਬੈਠੇ ਹਾਂ, ਕੱਪੜੇ ਧੋਣ ਵਾਲੋਂ ਅਸੀਂ ਬੈਠੇ ਹਾਂ। ਅਸੀਂ ਅੱਜ ਦੋ ਦਿਨ ਹੋ ਗਏ ਸਾਨੂੰ ਧਰਨਾ ਲਾਉਂਦਿਆਂ ਨੂੰ ਇੱਥੇ। ਮਿੰਟ ਦੇ ਵਿੱਚ ਗੱਡੀਆਂ ਚਲੀਆਂ ਜਾਂਦੀਆਂ, ਉਹਦੇ ਕਰਕੇ ਤਾਂ ਦਿੱਕਤ ਆਉਂਦੀ ਹੈ ਜਿਹੜੀ ਦੋ ਚਾਰ ਦਿਨਾਂ ਦੇ ਵਿੱਚ ਚੱਲਦੀ ਹੋਈ, ਕਿਉਂਕਿ ਦੋ ਦਿਨਾਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਸ਼ਹਿਰ ਦੇ ਵਿੱਚ ਜਿੱਥੇ ਕਿ ਸੀਵਰੇਜ ਦੀ ਖਾਸ ਕਰਕੇ ਪ੍ਰੋਬਲਮ ਹੋਈ। ਗੰਦਾ ਪਾਣੀ ਆ ਰਿਹਾ, ਕਦੋਂ ਕਦੋਂ ਆ ਰਿਹਾ ਗੰਦਾ ਪਾਣੀ? 10-12 ਦਿਨ ਹੋ ਗਏ ਜੀ, ਬਹੁਤ ਜ਼ਿਆਦਾ ਗੰਦਾ ਪਾਣੀ ਆ ਰਿਹਾ। ਦੋ ਘੰਟਾ ਗੰਦਾ ਪਾਣੀ ਦਾ ਸਾਫ ਚੱਲਦਾ ਮਿਕਸ ਹੋਇਆ ਪਿਆ ਜੀ। ਬਹੁਤ ਪਰੇਸ਼ਾਨ ਹੈ, ਪੀ ਪੀ ਕੇ ਲੋਕ ਬਿਮਾਰ ਹੋਏ ਪਏ ਆ ਜੀ, ਪੇਟ ਖਰਾਬ ਹੋਏ ਤਾਂ ਉਲਟੀਆਂ ਲੱਗੀਆਂ, ਲੈਟਰਿਨ ਲੱਗੇ ਮੈਂ, ਸੀਵਰੇਜ ਬੰਦ ਹੋਏ ਪਏ ਜੀ। ਕਦੋਂ ਕਦੋਂ ਹੋ ਰਿਹਾ ਹੈ ਇਹ? 10-12 ਦਿਨ ਹੋ ਗਏ ਜੀ। ਤੁਸੀਂ ਕਦੇ ਇਹਦੇ ਬਾਰੇ ਕਦੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਾਂ ਕਦੇ MC ਨੂੰ ਨਹੀਂ ਦੱਸਿਆ? ਕਿਹਾ ਸੀ, ਕਿਹਾ ਸੀ ਉੱਥੇ ਪਰਸੋਂ ਪਾਣੀ ਵਾਲੀ ਟੈਂਕੀ ਆ ਗਈ, ਪਾਣੀ ਪੀਣ ਵਾਲੀ ਜੀ। ਪਰਸੋਂ ਜੋ ਉੱਥੇ ਦੂਜੇ ਨਗਰ ਨਿਗਮ ਦੇ ਕਰਮਚਾਰੀ ਆਏ ਸੀ, ਸਾਫ਼ ਕਰਕੇ ਗਏ ਆ, ਕੁਛ ਹੱਲ ਨਹੀਂ ਹੋਇਆ। ਵਾਰਡ 'ਚ ਗੰਦਾ ਪਾਣੀ ਆ ਰਿਹਾ, ਕਿੰਨੇ ਦਿਨ ਤੋਂ ਗੰਦਾ ਪਾਣੀ ਹੋ ਗਏ? 15 ਦਿਨ। ਬਹੁਤ ਪਰੇਸ਼ਾਨ ਹੈ, ਜਵਾਕ ਨਹਾਉਣ ਤੋਂ ਔਖੇ ਆ, ਪਾਣੀ ਪੀਣ ਤੋਂ ਔਖੇ ਆ, ਕੱਪੜੇ ਧੋਣ ਤੋਂ ਔਖੇ ਆ। ਮਾੜਾ ਛੱਪੜ ਲੱਗਿਆ ਗਲੀ 'ਚ, ਕੀ ਕਰੀਏ, ਕਿੱਥੇ ਜਾਈਏ? ਗੁਰਦੁਆਰੇ 'ਚ ਪਾਣੀ ਲੈ ਕੇ ਜਵਾਕ ਅਜੇ ਪਰੇਸ਼ਾਨ ਬਹੁਤ ਹੈ। ਕਦੇ ਤੁਸੀਂ ਆਪਦੇ MC ਨੂੰ ਜਾਂ ਕਦੇ ਨਗਰ ਨੂੰ ਕਹਿ ਗਏ ਦੋ ਵਾਰੀ, ਉਹ ਟਰਾਲੀਆਂ ਨਹੀਂ ਕਰ ਦਿੰਦਾ ਪਾਣੀ ਵਾਲੀਆਂ, ਬਸ ਮੁੜ ਗਏ ਸਤਨਾਮ। ਫਾਲਟ ਫੁਲਟ ਨਹੀਂ ਕੱਟਿਆ ਕੋਈ? ਨਹੀਂ, ਕੋਈ ਨਹੀਂ ਕੱਢ ਕੇ ਗਿਆ ਜੀ। ਕੀ ਨਾਮ ਹੈ ਤੁਹਾਡਾ? ਕਿੱਥੋਂ ਦੇ ਰਹਿਣ ਵਾਲੇ? ਮੋਗੇ ਦੇ। ਗੰਦਾ ਪਾਣੀ ਆੜਿਆ ਵਾਰਡ ਦੇ ਵਿੱਚ ਕਿੰਨਾ ਦਿਨ? ਮਰ ਚੱਲੇ ਆਵੇ ਗੰਦਾ ਪਾਣੀ, ਛੱਪੜਾਂ ਦਾ ਫੁੱਲ ਚੱਲੇ ਪਏ, ਕਿੱਧਰ ਨੂੰ ਜਾਈਏ? ਨਹਾਉਣ ਵਾਲੇ ਔਖੇ, ਸੀਵਰਾਂ ਵਾਲੇ ਔਖੇ, ਆ ਕੇ ਸਾਡੀ ਹਾਲਤ ਵੇਖੋ ਕੀ ਹੈ, ਬਹੁਤ ਬੁਰਾ ਹਾਲ ਸਾਡਾ। ਕਦੇ ਤੁਸੀਂ ਆਪਦੇ MC ਨੂੰ ਨਹੀਂ ਕਿਹਾ? MC ਸਾਡਾ ਕਿਸੇ ਸਾਨੂੰ ਹੈਲਪ ਨਹੀਂ ਕਰਦਾ। ਮਰ ਚੱਲੇ 15 ਦਿਨ ਹੋ ਗਏ ਸਾਨੂੰ ਪੂਰੇ, 15 ਦਿਨਾਂ ਵਿੱਚ ਸਾਡੇ ਜਾਨ ਨਿਕਲੀ ਚੱਲੀ। ਸਾਡੇ ਘਰ ਵਿੱਚ ਸਾਰੀ ਗਲੀ ਦੇ ਵਿੱਚ ਪਾਣੀ ਗੰਦਾ ਆ ਰਿਹਾ ਸਾਡੀ, ਅਸੀਂ ਕਮੇਟੀ ਘਰ ਜਾ ਕੇ ਕੀਤੀ ਆ, ਅਰਜ਼ੀ ਦਿੱਤੀ ਆ, ਸਾਡੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। MC ਨੂੰ ਜਾ ਕੇ ਤਲਾਹ ਦਿੱਤੀ ਆ, ਕਿਸੇ ਨੇ ਵੀ ਸਾਡੀ ਸੁਣੀ ਨਹੀਂ। ਟੈਂਕੀ ਕਰ ਦਿੰਦੇ ਆ, ਟੈਂਕੀ ਨਾਲ ਚਾਰ ਬਾਲਟੀਆਂ ਇੱਕ ਇੱਕ ਘਰ ਭਰ ਲੈਂਦਾ। ਨਹਾਉਣ ਵਾਲੋਂ ਅਸੀਂ ਬੈਠੇ ਹਾਂ, ਕੱਪੜੇ ਧੋਣ ਵਾਲੋਂ ਅਸੀਂ ਬੈਠੇ ਹਾਂ। ਬੱਚੇ ਸਾਡੇ ਬਿਮਾਰ ਹੋਏ ਪਏ, ਲੈਟਰੀਨਾਂ ਉਲਟੀਆਂ ਲੱਗੀਆਂ ਪਈਆਂ, ਅਸੀਂ ਗਰੀਬ ਲੋਕ ਹਾਂ, ਕਿੱਥੋਂ ਪੈਸਾ ਦਿੱਤੇ ਡਾਕਟਰਾਂ ਨੂੰ, ਕਿੱਥੋਂ ਪੈਸੇ ਦਿੱਤੇ? ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਜਾਂਦੀ। ਅਸੀਂ ਅੱਜ ਦੋ ਦਿਨ ਹੋ ਗਏ ਸਾਨੂੰ ਧਰਨਾ ਲਾਉਂਦਿਆਂ ਨੂੰ ਇੱਥੇ, ਤੇ ਕਮੇਟੀ ਘਰ ਵਾਲੇ ਆਉਂਦੇ ਆ, ਮੁੜ ਜਾਂਦੇ ਆ, ਸਾਡੀ ਗਲੀ ਦਾ ਆ ਕੇ ਹਾਲ ਵੇਖੋ ਕੀ ਆ। ਇਹੀ ਪਾਣੀ ਤੁਹਾਨੂੰ ਅਸੀਂ ਦਫ਼ਤਰਾਂ ਦੇ ਵਿੱਚ ਜਾ ਕੇ ਪਿਆਜੇ, ਤੁਸੀਂ ਪੀ ਸਕਦੇ ਆ। ਕਿਹੋ ਜਿਹਾ ਪਾਣੀ ਆ ਰਿਹਾ? ਗੰਦਾ, ਪੂਰਾ ਗੰਦਾ ਪਾਣੀ ਆ ਰਿਹਾ, ਲੈਟਰੀਨ ਵਿੱਚ ਆ ਰਹੀ ਆ, ਬਾਥਰੂਮ ਸਾਰਾ ਗੰਦਾ ਪਾਣੀ ਆ ਰਿਹਾ, ਸਾਡਾ ਕੋਈ ਵੀ ਸੁਣਵਾਈ ਨਹੀਂ ਕੀਤੀ ਜਾਂਦੀ। ਭੈਣ ਜੀ ਗੰਦਾ ਪਾਣੀ ਆ ਰਿਹਾ ਵਾਰਡ 'ਚ, ਕਿੰਨੇ ਦਿਨਾਂ ਤੋਂ ਗੰਦਾ ਪਾਣੀ ਹੋ ਰਿਹਾ? 15 ਦਿਨ ਹੋ ਗਏ, 15 ਦਿਨ ਹੋ ਗਏ ਜੀ ਅੱਜ ਗੰਦਾ ਪਾਣੀ ਆਉਂਦੇ ਨੇ, ਉਹਦਾ ਕਾਰਨ ਸਾਡੇ ਜਵਾਕ ਬਿਮਾਰ ਹੋ ਰਹੇ, ਅਸੀਂ ਖੁਦ ਬਿਮਾਰ ਹੋ ਰਹੇ, ਸਾਡੀ ਕੋਈ ਨਹੀਂ ਸੁਣਵਾਈ ਹੈਗੀ ਮਹੱਲੇ ਦੇ ਵਿੱਚ। ਅਸੀਂ ਥਾਂ ਥਾਂ ਜਾ ਕੇ ਵੀ ਵੇਖ ਲਿਆ, ਸਾਰੇ ਕਿਤੇ ਜਾ ਕੇ ਵੇਖ ਲਿਆ, ਸਾਨੂੰ ਆਹੀ ਗੰਦਾ ਪਾਣੀ ਪੀਣ ਨੂੰ ਮਿਲਦਾ। ਸੁਬਾਹ ਉੱਠ ਕੇ ਮੂੰਹ ਵੀ ਨਹੀਂ ਧੋਂਦੇ ਅਸੀਂ, ਗੰਦੇ ਪਾਣੀ ਨਾਲ ਮੂੰਹ ਧੋਈਏ ਤੇ ਬੁਰਸ਼ ਕਰੀਏ ਤੇ ਨਹਾਈਏ ਧੋਈਏ। ਕਿਉਂਕਿ ਜਿੱਥੇ ਕਿ ਮੇਰੀ ਡਿਊਟੀ ਬਣਦੀ ਆ, ਮੈਂ ਹਮੇਸ਼ਾ ਹੀ ਮੇਰੀ ਆਪਣੀ ਜਿਹੜੀ ਡਿਊਟੀ ਆ ਤਾਂਦੀ ਨਾਲ ਕੀਤੀ ਜਾਂਦੀ ਆ। ਜਿਹੜੀ ਗੱਲ ਕਰਦੇ ਆ ਮਸ਼ੀਨਰੀ ਦੀ, ਕਿਉਂਕਿ ਮਸ਼ੀਨਰੀ ਸਾਡੇ ਕੋਲ ਤਕਰੀਬਨ ਬਹੁਤ ਜ਼ਿਆਦਾ ਪੁਰਾਣੀ ਆ, ਜਿਹੜੀ ਕਿ ਇਹ ਸਭ ਨੂੰ ਪਤਾ, ਸੰਗਤ ਨੂੰ ਵੀ ਪਤਾ, ਜਿੰਨੇ ਵੀ ਭੈਣ ਭਰਾ ਜਿਹੜੇ ਸੂਝਵਾਨ ਆ, ਜਿਹੜੇ ਨਗਰ ਨਿਗਮ ਦੀ ਮਤਲਬ ਕਿ
ਜਾਣਦੇ ਆ ਵੀ ਇਸ ਮਸ਼ੀਨ, ਕਿਉਂਕਿ ਸਾਰਾ ਕੰਮ ਆ ਜਿਹੜਾ ਮਸ਼ੀਨਰੀ ਦੇ ਸਿਰ 'ਤੇ ਹੋਣਾ ਹੁੰਦਾ। ਜਿਹੜੀ ਇੱਕ ਗੱਡੀ ਦੀ ਗੱਲ ਕਰਦਾ ਮੈਂ, ਉਹ 14 ਸਾਲ ਪੁਰਾਣੀ ਗੱਡੀ ਆ, ਉਹਨੂੰ ਕਿਤੇ ਕੁਛ ਹੋ ਜਾਂਦਾ ਜੀ, ਕਿਤੇ ਕੁਛ ਹੋ ਜਾਂਦਾ। ਕੁਝ ਦਿਨ ਪਹਿਲਾਂ ਜਿਹੜੀ ਕਿ ਪਹਿਲਾਂ ਗੱਲ ਕਰਦੇ, ਜਿਹੜੀ ਸਾਡੀ ਨਵੀਂ ਜਿਹੜੀ ਜੈਟਿੰਗ ਵਾਲੀ ਗੱਡੀ ਸੀਗੀ, ਕਿਉਂਕਿ ਉਹਦੀ ਪਹਿਲਾਂ ਪੈਪ ਫਟ ਗਈ ਜੀ। ਫਿਰ ਜਿਹੜੀ ਬਲਕਾਰ ਦੀ ਗੱਡੀ ਸੀ, ਜਿਹੜੀ ਸਾਡੀ ਅਸ਼ੋਕ ਲੇਲਣ ਦੀ ਹੈ, ਜਿਹੜੀ 14 ਸਾਲ ਪੁਰਾਣੀ ਦੀ ਗੱਡੀ ਦੀ ਮੈਂ ਗੱਲ ਕਰਦਾ, ਉਹਦੀ ਨਿਊਜ਼ਲ ਜਦੋਂ ਖਾਲਸਾ ਰੋਡ 'ਤੇ ਸਾਡੇ ਸੀਵਰੇਜ ਕਰਮਚਾਰੀ ਜਿਹੜੇ ਉਹ ਕੰਮ ਕਰ ਰਹੇ ਸੀਗੇ, ਮੁਲਾਜ਼ਮ ਸਾਡੇ ਲੱਗੇ ਸੀ, ਉਹ ਪੈਪ ਉੱਥੇ ਵਿੱਚ ਫਸ ਗਈ। ਉਹਦੇ ਕਰਕੇ ਸਾਨੂੰ ਪੈਪ ਵੀ ਉਹਦੇ ਵਿੱਚ ਛੱਡਣੀ ਪੈ ਗਈ, ਕਿਉਂਕਿ ਹੁਣ ਜੇ ਦੇਖੀਏ ਜੇ ਮਸ਼ੀਨਰੀ ਨਹੀਂ ਹੋਊਗੀ ਤਾਂ ਕਾਰਜ ਕਿਵੇਂ ਹੋਣਗੇ। ਐਡ ਟੂ ਸਪੋਰਟ ਸਾਡੇ ਕੋਲ ਦੋਨੇ ਗੱਡੀਆਂ ਦੀ ਜਦੋਂ ਪਾਈਪਾਂ ਫਟ ਗਈਆਂ, ਨਾਲ ਦੀ ਨਾਲ ਐਮਰਜੈਂਸੀ ਦੇ ਤੌਰ 'ਤੇ ਅਸੀਂ ਨਾਲ ਅਤੇ ਜਿਹੜੇ ਗੁਰੂ ਨਾਨਕ ਵਾਲੇ ਜਿਹੜੇ ਸਾਡੇ ਕਿ ਕੰਟੈਕਟਰ ਆ, ਜਿਹੜੇ ਕਿ ਉਹਨਾਂ ਦਾ ਸਮਾਨ ਜਿਹੜਾ ਪਾਰਟਸ ਅਵੇਲੇਬਲ ਕਰਦੇ ਆ, ਨਾਲ ਦੀ ਨਾਲ ਅਸੀਂ ਦਿੱਲੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ, ਨਾਲ ਦੀ ਨਾਲ ਉੱਥੇ ਜਿਹੜੀਆਂ ਪਾਈਪਾਂ ਮੰਗਾਈਆਂ, ਕਿਉਂਕਿ ਜਿਹੜੇ ਹੁਣ 2 ਦਿਨ ਬਾਅਦ ਪਾਈਪਾਂ ਆਉਣਗੀਆਂ, ਇਹ ਮੈਂ ਗੱਲ ਸਮਝਦਾ ਵਾਂ ਕਿ ਜੇ ਇੱਕ ਘੰਟਾ ਵੀ ਜਿਹੜੇ ਘਰ ਦੇ ਵਿੱਚ ਪਾਣੀ ਵੜਿਆ ਹੋਵੇ ਜਾਂ ਕਿਸੇ ਦੀ ਰਸੋਈ 'ਚ ਪਾਣੀ ਵੜਿਆ, ਕਿਉਂਕਿ ਉਹ ਪਰਿਵਾਰ ਜਾਣਦਾ ਜਾਂ ਉਹ ਸੱਚੇ ਪਾਤਸ਼ਾਹ ਜਾਣਦਾ, ਕਿਉਂਕਿ ਅਸੀਂ ਉਹਨਾਂ ਦੀ ਮਜ਼ਬੂਰੀਆਂ ਨੂੰ ਸਮਝਦੇ ਹਾਂ। ਪਰ ਜਿੱਥੇ ਗੱਲ ਅਸੀਂ ਮਸ਼ੀਨਰੀ ਦੀ ਕਰਦੇ ਹਾਂ, ਜਦੋਂ ਮਸ਼ੀਨਰੀ ਦੀ ਜੇ ਪਾਈਪਾਂ ਨਾ ਹੋਣਗੀਆਂ ਜਾਂ ਕਹਿ ਲਓ ਵੀ ਮਿੰਟਸ ਦੇ ਵਿੱਚ ਗੱਡੀਆਂ ਚਲੀਆਂ ਜਾਂਦੀਆਂ, ਉਹਦੇ ਕਰਕੇ ਤਾਂ ਦਿੱਕਤ ਆਉਂਦੀ ਹੈ ਜਿਹੜੀ 2-4 ਦਿਨਾਂ ਦੇ ਵਿੱਚ ਚੱਲਦੀ ਪਈ ਆ। ਜੇ ਗੱਲ ਕਰੀਏ ਆਪਾਂ ਨਗਰ ਨਿਗਮ ਜਿਹੜੀ ਕਹਿ ਲਈਏ, ਮੋਗਾ ਜਿਹੜੀ ਹੈਗੀ ਹੈ ਸਭ ਤੋਂ ਅਮੀਰ ਗਿਣੀ ਵੀ ਜਾਂਦੀ ਹੈ, ਔਰ ਪੈਸ ਫੰਡ ਵੀ ਜ਼ਿਆਦਾ ਪਿਆ, ਕਿ ਇਹਦੇ ਵਿੱਚ ਮਤਾ ਨਹੀਂ ਪਾਸ ਹੋ ਸਕਦਾ ਕੋਈ ਮਸ਼ੀਨਰੀ ਨਵੀਂ ਲਿਆਂਦੀ ਜਾ ਸਕੇ? ਦੇਖੋ ਜੀ, ਹੁਣ ਮੈਨੂੰ ਅੱਜ ਇੱਕ ਇੱਥੇ ਸਾਲ ਹੋਇਆ ਜੀ ਪੂਰਾ ਨਗਰ ਨਿਗਮ ਵਿੱਚ ਮੇਅਰ ਦੇ ਅਹੁਦੇ 'ਤੇ ਬਿਰਾਜਮਾਨ, ਅਤੇ ਜਿੱਥੇ ਕਿ ਮੈਂ ਗੱਲ ਕਰਦਾ, ਕਿਉਂਕਿ ਚਾਹੇ ਪਹਿਲੇ ਕੋਈ ਵੀ MLA ਸਾਹਿਬ ਹੋਏ ਸੀ, ਚਾਹੇ ਮੇਅਰ ਸਾਹਿਬ ਹੋਏ ਸੀ, ਕਿਉਂਕਿ ਮੇਅਰ ਸਾਹਿਬ ਜਾਂ MLA ਸਾਹਿਬ ਦੀਆਂ ਇਹ ਡਿਊਟੀਆਂ ਬਣਦੀਆਂ ਵੀ ਸਾਡੇ ਜਿਹੜੇ ਨਗਰ ਨਿਗਮ ਜਾਂ ਕਾਰਪੋਰੇਸ਼ਨ ਨੂੰ ਕਿਸ ਚੀਜ਼ ਦੀ ਜ਼ਰੂਰਤ ਆ। ਅਸੀਂ ਜਦੋਂ ਕਿ ਮੈਂ ਇੱਥੇ ਨਗਰ ਨਿਗਮ ਦੇ ਵਿੱਚ ਆਪਣਾ ਅਹੁਦਾ ਸੰਭਾਲਿਆ ਸੀ, ਮੈਂ ਵੇਖਿਆ ਸੀ ਕਿ ਨਾਲ ਦੀ ਨਾਲ ਸਾਨੂੰ ਜੈਟਿੰਗ ਵਾਲੀ ਗੱਡੀ ਦੀ ਜਾਂ JVC ਦੀ ਜਿਹੜੀ ਕਿ ਐਮਰਜੈਂਸੀ ਐਜੰਟ ਮਤਲਬ ਕਿ ਜ਼ਰੂਰਤ ਆ। ਅਸੀਂ ਹੁਣ ਜਿਹੜੀਆਂ ਕਿ ਮਤਾ ਜਿਹੜਾ ਪਾਇਆ, ਅੱਜ ਕੱਲ੍ਹ ਸਾਡੀ ਹਾਊਸ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਇੱਕ ਅਸੀਂ JVC, ਇੱਕ ਜੈਟਿੰਗ ਵਾਲੀ ਗੱਡੀ, ਅਤੇ ਇੱਕ ਜਿਹੜੇ ਗ੍ਰਾਂਟ ਦੇ ਜਿਹੜੇ ਫੰਡ ਆਉਂਦੇ, ਅਸੀਂ ਹੁਣ 2 ਜੈਟਿੰਗ ਵਾਲੀਆਂ ਗੱਡੀਆਂ ਜਿਹੜੀਆਂ ਨਗਰ ਨਿਗਮ ਦੇ ਵਿੱਚ ਲਿਆਵਾਂਗੇ, ਤਾਂ ਜੋ ਜਿਹੜੀਆਂ ਮੋਗੇ ਸ਼ਹਿਰ ਦੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ। ਮੇਅਰ ਸਾਹਿਬ, ਵੱਖ-ਵੱਖ ਇਲਾਕਿਆਂ ਵਿੱਚ ਗੰਦਾ ਪਾਣੀ ਆ ਰਿਹਾ, ਪਰ ਲੋਕਾਂ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ਜਾਂਦੀਆਂ, ਪਰ ਖਾਨਾ ਪੂਰਤੀ ਰਹਿ ਜਾਂਦੀ ਹੈ, ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ। ਇਹੀ ਗੱਲ ਤੁਹਾਨੂੰ ਮੈਂ ਜੀ ਪਹਿਲਾਂ ਵੀ ਇਹ ਬਿਆਨ ਕਰ ਚੁੱਕਿਆ ਵਾਂ, ਕਿਉਂਕਿ ਦੇਖੋ ਜੀ, ਮਸ਼ੀਨਰੀ ਆ, ਜਿਵੇਂ ਆਪਣਾ ਇੱਕ ਸਰੀਰ ਚੱਲਦਾ, ਆਪਾਂ ਇੱਕ ਵਾਰ ਜਿਹੜਾ ਸਰੀਰ ਚੱਲਦਾ, ਆਪਾਂ ਬੈਠੇ ਪਤਾਲ ਲੋਕ ਵੀ ਪਹੁੰਚ ਸਕਦੇ ਹਾਂ, ਐਕਸਪਾਇਰ ਵੀ ਬੰਦੇ ਹੋ ਜਾਂਦੇ, ਇਸੇ ਤਰ੍ਹਾਂ ਹੀ ਮਸ਼ੀਨਰੀ ਆ। ਮਸ਼ੀਨਰੀ 'ਚ ਕਿਸੇ ਟਾਈਮ ਵੀ ਕੋਈ ਨੁਕਸ ਪੈ ਸਕਦਾ, ਜਿਹੜੀਆਂ ਕਿ ਹੁਣ ਮੈਂ ਗੱਲ ਕਰਦਾ, ਹਫ਼ਤਾ ਪਹਿਲਾਂ ਦੀਆਂ ਸਾਡੀਆਂ ਦੋਨੇ ਗੱਡੀਆਂ ਦੀਆਂ ਪਾਈਪਾਂ ਫਟ ਗਈਆਂ ਸੀ, ਕਿਉਂਕਿ ਜੇ ਇੱਥੇ ਮੋਗੇ ਸ਼ਹਿਰ ਦੇ ਵਿੱਚ ਮਿਲਦੀਆਂ ਹੋਣ ਤਾਂ ਅਸੀਂ ਨਾਲ ਦੀ ਨਾਲ ਹੀ ਉਹ ਪਾਈਪਾਂ ਟ੍ਰਾਂਸਫਰ ਕਰਕੇ ਨਵੀਆਂ ਲਾ ਕੇ ਅਤੇ ਨਾਲ ਦੀ ਨਾਲ ਮਸ਼ੀਨਰੀ ਚਲਾ ਸਕਦੇ ਹਾਂ, ਕਿਉਂਕਿ ਇਹ ਜਿਹੜੀਆਂ ਪਾਈਪਾਂ ਵਾ ਦਿੱਲੀ ਤੋਂ ਮਿਲਦੀਆਂ, ਮੈਂ ਦਿੱਲੀ ਜੀ ਔਡਰ ਅੱਜ ਕਰਾਂਗੇ ਅਤੇ 2 ਦਿਨ ਲੱਗ ਜਾਂਦੇ ਜੀ ਇੱਥੇ ਪਾਈਪਾਂ ਨੂੰ, ਕਿਉਂਕਿ 2 ਦਿਨਾਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਸ਼ਹਿਰ ਦੇ ਵਿੱਚ ਜਿੱਥੇ ਕਿ ਸੀਵਰੇਜ ਦੀ ਖਾਸ ਕਰਕੇ ਪ੍ਰੋਬਲਮ ਹੋਵੇ। ਇਸ ਗੱਲ ਨੂੰ ਅਸੀਂ ਸਮਝਦੇ ਹਾਂ, ਕਿਉਂਕਿ ਜਿਸ ਤਨ ਬੀਤੇ ਉਹੀ ਜਾਣੇ ਅਤੇ ਜਾਂ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕਿਉਂਕਿ ਜੋ ਪਰਿਵਾਰ 'ਤੇ ਬੀਤਦੀ ਉਹ ਪਰਿਵਾਰ ਸਮਝਦਾ, ਅਤੇ ਜਿੱਥੇ ਨਗਰ ਨਿਗਮ ਸਾਡੀ ਡਿਊਟੀ ਬਣਦੀ ਆ ਅਤੇ ਮੈਂ ਤਾਂ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਵਾਂ, ਇਹ ਸੱਚੇ ਪਾਤਸ਼ਾਹ ਗਵਾਹ ਵਾ ਇਸ ਗੱਲ। ਲੱਗਦਾ ਨਹੀਂ ਨਗਰ ਨਿਗਮ ਦੇ ਲਾਭ ਪਰਿਵਾਰ ਇਹਨਾਂ ਦੇ ਲੋਕਾਂ ਦੀ ਸਿਹਤ 'ਤੇ ਵੀ ਕਾਫੀ ਜਿਹੜਾ ਅਸਰ ਪੈ ਰਿਹਾ, ਲੋਕ ਬਿਮਾਰ ਵੀ ਹੋ ਰਹੇ? ਨਹੀਂ ਜੀ, ਇਹ ਲਾਪਰਵਾਹੀ ਤਾਂ ਆਪਾਂ ਨਹੀਂ ਕਹਿ ਸਕਦੇ, ਜਦੋਂ ਹੁਣ ਮਸ਼ੀਨਰੀ ਖਰਾਬ ਹੋ ਗਈ ਜੀ, ਉੱਥੇ ਫਿਰ ਨਗਰ ਨਿਗਮ ਅਫਸਰ ਵੀ ਸਾਹਿਬ ਵੀ ਕੀ ਕਰ ਸਕਦੇ ਆ, ਜਾਂ ਉਹ 'ਚ ਮੈਂ ਵੀ ਕੀ ਕਰ ਸਕਦਾ? ਜੇ ਸਾਡੇ ਕੋਲ ਮਸ਼ੀਨਰੀ ਅਵੇਲੇਬਲ ਹੋਊਗੀ ਜਾਂ ਮੌਜੂਦ ਹੋਊਗੀ, ਅਸੀਂ ਨਾ ਕਾਰਜ ਕਰੀਏ, ਫਿਰ ਅਸੀਂ ਮੰਨਦੇ ਹਾਂ ਵੀ ਇਹ ਨਗਰ ਨਿਗਮ ਦੀ ਲਾਪਰਵਾਹੀ ਹੈਗੀ ਆ।